ਇੱਕੀ ਪੁਰਤਗਾਲ ਦੇ ਵਿੱਚ ਕੰਮ ਨਹੀਂ ਹੈਗਾ ਪੁਰਤਗਾਲ ਦੇ ਵਿੱਚ ਕੰਮ ਹੈਗਾ ਨਵੇਂ ਬੰਦੇ ਨੂੰ ਆਏ ਨੂੰ ਕਿਸੇ ਨੂੰ ਵੀ ਕੰਮ ਕਰਨਾ ਪੈਂਦਾ ਲੇਕਿਨ ਐਗਰੀਕਲਚਰ ਦਾ ਲੋਕ ਕਰਕੇ ਰਾਜ਼ੀ ਨਹੀਂ ਹੈਗੇ ਤੇ ਵੀ ਆਪਣੇ ਇੰਡੀਅਨ ਪੰਜਾਬੀ ਰਹਿੰਦੇ ਆ ਜੇ ਕੋਈ ਗੁਰਦਾਰੇ ਦੇ ਲਾਗੇ ਲੰਗ ਦਾ ਢੱਪ ਦਾ ਇਹਨਾਂ ਨੂੰ ਮਿਲਣਾ ਚਾਵੇ ਉੱਥੇ ਮਿਲ ਸਕਦੇ ਆ ਸਾਰੇ ਨਸ਼ੇੜੀ ਆ ਜੀ ਸਰਦਾਰਨੀ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀਆ 200 ਦੀ ਜਗ੍ਹਾ 500 ਛੱਡੋ 200 ਦੀ ਜਗ੍ਹਾ ਹਜ਼ਾਰ-ਹਜ਼ਾਰ ਵੀ ਲੈਂਦੇ ਦੋ-ਦੋਸਤ ਦੇ ਘਰ ਆ ਕੇ ਲੋਕੋ ਦੇ ਵਿੱਚ ਹਜ਼ਾਰ-ਹਜ਼ਾਰ ਬਣਾ ਰਹੇ ਆ ਲੇਕਿਨ ਨਵਾਂ ਪੁਰਾਣੇ ਵਾਲੇ ਇਹਦੇ ਚ ਕੁਝ ਨਹੀਂ ਹੈਗਾ ਜਿਹੜੇ ਲੋਕ ਨਵੇਂ ਆਏ ਆ ਉਹਨਾਂ ਦਾ ਵੀ ਬਿਜ਼ਨਸ ਹੈ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਸੋ ਇਹ ਸਰਦਾਰਨੀ ਜੀ ਦਾ ਕਮੈਂਟ ਆਇਆ ਸੀਗਾ ਇਸ ਵੀਡੀਓ ਤੇ ਸੋ ਇਸ ਵੀਡੀਓ ਤੇ ਵੀ ਬਹੁਤ ਸਾਰੇ ਲੋਕਾਂ ਦੇ ਕਮੈਂਟ ਸੀਗੇ ਕਿ ਅਗਰ ਤੂੰ ਵੀਡੀਓ ਬਣਾ ਰਿਹਾ ਤੇ ਤੂੰ ਇਹਨਾਂ ਦੀ ਹੈਲਪ ਕਰ ਦੇ ਕੁਝ ਕੁ ਲੋਕਾਂ ਦੇ ਕਮੈਂਟ ਇਦਾਂ ਦੇ ਸੀਗਾ ਕਿ ਪੁਰਤਗਾਲ ਦੇ ਚ ਕੰਮ ਨਹੀਂ ਹੈਗਾ ਪੁਰਤਗਾਲ ਦੇ ਚ ਕੰਮ ਹੈਗਾ ਨਵੇਂ ਬੰਦੇ ਨੂੰ ਆਏ ਨੂੰ ਕਿਸੇ ਨੂੰ ਵੀ ਕੰਮ ਕਰਨਾ ਪੈਂਦਾ ਲੇਕਿਨ ਐਗਰੀਕਲਚਰ ਦਾ ਲੋਕ ਕਰਕੇ ਰਾਜੀ ਨਹੀਂ ਹੈਗੇ ਸੋ ਲਿਸਬਨ ਗੁਰਦੁਆਰੇ ਵਿੱਚ ਬੋਰਡ ਲੱਗਾ ਵਾ ਕੀ ਰੈਸ਼ ਦਾ ਪ੍ਰਬੰਧ ਨਹੀਂ ਹੈਗਾ ਗੁਰਦੁਆਰੇ 'ਚ ਸੌਣਾ ਰਹਿਣਾ ਮਨਾ ਵਾ ਸੋ ਇਸ ਚੀਜ਼ ਦਾ ਕਾਰਨ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਹੋਊਗਾ ਬੜੇ ਲੋਕਾਂ ਦੇ ਮੈਨੂੰ ਵੀ ਕੁਐਸਚਨ ਇਸ ਚੀਜ਼ ਨੂੰ ਆਉਂਦੇ ਕਿ ਵਾਕਈ ਗੁਰੂ ਘਰ ਵਾਲੇ ਨਹੀਂ ਰੱਖਦੇ ਸੋ ਉਹਦੇ ਪਿੱਛੇ ਕਾਰਨ ਕੀ ਆ ਤੁਹਾਨੂੰ ਮੈਂ ਉਹ ਦੱਸਦਾ ਕਿ ਕਿਉਂ ਨਹੀਂ ਰੱਖਦੇ ਜਿਹੜੇ ਵੀ ਲੋਕ ਗੁਰਦਾਰੇ ਦੇ ਲਾਗੇ ਬੰਨੇ ਰਹਿੰਦੇ ਆ ਬਾਹਰ پارک ਦੇ ਵਿੱਚ ਸੌਂਦੇ ਆ ਉਹਨਾਂ ਕੋਲੇ ਨਸ਼ੇ ਕਰਨ ਜੋਗੇ ਪੈਸੇ ਹੈਗੇ ਆ ਲੇਕਿਨ ਰੈਸ਼ ਦੇ ਕਿਤੇ ਪੈਸੇ ਦੇ ਕਿ ਰਹਿਣ ਜੋਗੇ ਨਹੀਂ ਹੈਗੇ ਕੰਮ ਕਰਨ ਨੂੰ ਉਹਨਾਂ ਨੂੰ ਕਿਹਾ ਜਾਂਦਾ ਵਾ ਕਿਤੇ ਭੇਜ ਦੇਂਦੇ ਆ ਤੁਹਾਨੂੰ ਸੋ ਉਹਨਾਂ ਲੋ ਏਵਾ ਕਿ ਸਾਨੂੰ ਕੋਈ ਆਫਿਸ ਵਾਲਾ ਕੰਮ ਮਿਲੇ ਵਾਈਟ ਕਾਲਰ ਜੌਬ ਮਿਲੇ ਅਸੀਂ ਕੰਮ ਨਹੀਂ ਕਰਨਾ ਇੱਕ ਗੁਰੂ ਘਰ ਲਿਸਬੋਆ ਦੇ ਬਿਲਕੁਲ ਨਾਲ ਇੱਕ ਗੱਡੀਆਂ ਦੀ ਪਾਰਕਿੰਗ ਆ ਉਹਦੇ ਸਾਈਡ ਤੇ ਸਪੇਸ ਵਾ ਸੋ ਇਸ ਜਗ੍ਹਾ ਤੇ ਵੀ ਆਪਣੇ ਇੰਡੀਅਨ ਪੰਜਾਬੀ ਰਹਿੰਦੇ ਆ ਜੇ ਕੋਈ ਗੁਰਦਾਰੇ ਦੇ ਲਾਗੇ ਲੰਗਰ ਦਾ ਢੱਪਦਾ ਇਹਨਾਂ ਨੂੰ ਮਿਲਣਾ ਚਾਹਵੇ ਉੱਥੇ ਮਿਲ ਸਕਦੇ ਆ ਸਾਰੇ ਨਸ਼ੇੜੀ ਆ ਸੋ ਮੈਂ ਕਿਸੇ ਜਗ੍ਹਾ ਤੋਂ ਕੰਮ ਦਾ ਪਤਾ ਕੀਤਾ ਸੀਗਾ ਲੇਕਿਨ ਬੰਦੇ ਨੇ ਇਹ ਕਿਹਾ ਸੀਗਾ ਕਿ ਮੇਰੇ ਕੋਲੇ ਜੇ ਕੰਮ 2-4 ਦਿਨ ਤੱਕ ਚੱਲੂਗਾ ਲੇਕਿਨ ਮੈਂ ਰਹਿ ਹੈ ਇਸ ਦਾ ਇਹਨਾਂ ਦਾ ਪ੍ਰਬੰਧ ਆਪਦੇ ਕੋਲੇ ਕਰਦਾ ਹਾਂ ਫ੍ਰੀ ਰੱਖੂਗਾ ਅਗਰ ਬੰਦਾ ਕੰਮ ਕਰਨਾ ਚਾਹੁੰਦਾ ਹੋਵੇ ਤਾਂ ਤੁਸੀਂ ਭੇਜ ਸਕਦੇ ਹੋ ਲੇਕਿਨ ਇਹ ਬੰਦਿਆਂ ਨੂੰ ਇੱਥੇ ਰਹਿਣਾ ਪਸੰਦ ਵਾ ਸੋ ਅਗਰ ਕੋਈ ਵੀ ਲੰਘਦਾ ਟੱਪਦਾ ਇਹਨਾਂ ਕੋਲ ਕੋਲ ਜਾਣਾ ਚਾਹਵੇ ਜਾ ਸਕਦਾ ਵੈਸੇ ਵੀ ਤੁਸੀਂ ਇਹ ਦੱਸਿਓ ਕਿ ਕਰਨਾ ਕੀ ਚਾਹੀਦਾ ਇਹਨਾਂ ਦਾ ਸੋ ਇਸ ਜਗ੍ਹਾ ਤੇ ਰਹਿੰਦੇ ਆ ਇਸੇ ਪਾਰਕ ਦੇ ਵਿੱਚੋਂ ਲੋਕਾਂ ਤੋਂ ਇਹ 50-50 ਸੈਂਟੀਆਂ 20-20 ਸੈਂਟੀਆਂ ਮੰਗਦੇ ਆ ਉਹਦੀ दारू ਪੀਂਦੇ ਆ दारू ਪੀ ਕੇ ਫਿਰ ਇਹ ਗੁਰਦਾਰੇ ਜਾਂਦੇ ਆ ਸੋ ਇਸ ਕਰਕੇ ਗੁਰਦਾਰੇ ਵਾਲੇ ਇਹਨਾਂ ਨੂੰ ਰੱਖ ਦੇਣੀ ਹੈਗੇ ਫਿਰ ਇਸ ਤੋਂ ਬਾਅਦ ਗੱਲ ਇਹ ਆਉਂਦੀ ਆ ਕਿ ਪੁਰਾਣੇ ਬੰਦੇ ਨਵੇਂਾਂ ਦੀ ਹੈਲਪ ਨਹੀਂ ਕਰਦੇ ਕਿਸੇ ਟਾਈਮ ਅਸੀਂ ਵੀ ਨਵੇਂ ਆਏ ਸੀਗੇ ਅਗਰ ਕਿਸੇ ਨੇ ਸਾਡੀ ਨਹੀਂ ਕੀਤੀ ਤੇ ਅਸੀਂ ਕਿਸੇ ਨੂੰ ਇਹ ਨਹੀਂ ਕਿਹਾ ਨਾ ਲੇਕਿਨ ਅਗਰ ਕੋਈ ਬੰਦਾ ਕਿਸੇ ਲਈ ਕਰਦਾ ਵਾ ਲੇਕਿਨ ਉਹਨੂੰ ਅਗੋਂ ਐਦਾਂ ਦਾ ਕੁਝ ਮਿਲਦਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਸਮਝدار ਜੇ ਕਿ ਬੰਦਾ ਕੀ ਕਰਦਾ ਹਨ ਜੇ ਕਿਸ ਨੂੰ ਕੁਝ ਚੰਗਾ ਕਰਕੇ ਵੀ ਆ ਕੁਝ ਸੋਨੂੰ ਮਿਲਦਾ ਫਿਰ ਬੰਦਾ ਉਸੇ ਤਰੀਕੇ ਦਾ ਹੋ ਜਾਂਦਾ ਇਹ ਇਸ ਕਾਰਨਾਂ ਕਿ ਅਗਰ ਕੋਈ ਕਿਸੇ ਲਈ ਕੁਝ ਕਰਨਾ ਚਾਹੁੰਦਾ ਵੀ ਆ ਤੇ ਤਾਂ ਨਹੀਂ ਕਰਦਾ ਸੋ ਬਾਕੀ ਅਗਰ ਤੁਹਾਡੇ ਕੋਈ ਲਾਡਲੇ ਛਿੰਦੇ ਮਿੰਦੇ ਨੇ ਆਏ ਆ ਪੁਰਤਗਾਲ ਦੇ ਚ ਤੇ ਉਹਨਾਂ ਨੂੰ ਵੀਡੀਓ ਕਾਲ ਕਰਕੇ ਦੇਖ ਲਿਆ ਕਰੋ ਕਿ ਉਹ ਕਿੱਥੇ ਆ ਤੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਮੈਂ ਇਸ ਭਾਜੀ ਨਾਲ ਬਿਲਕੁਲ ਸਹਿਮਤ ਹਾਂ ਜੀ ਜਦੋਂ ਵੀ ਕੋਈ ਵੀ ਪੰਜਾਬੀ ਜਾਂ ਕੋਈ ਵੀ ਇੰਡੀਅਨ ਬਾਹਰਲੀ ਲਾਈਫ ਦੇ ਵਿੱਚ ਐਂਟਰ ਕਰਦਾ ਹੈ ਨਾ ਜੀ ਤੇ ਬਹੁਤ ਤਰ੍ਹਾਂ ਦੀ ਆਪਣਾ ਪ੍ਰੋਬਲਮ ਜਿਹੜੀਆਂ ਦੇਖਣੀਆਂ ਪੈਂਦੀਆਂ ਨੇ ਤੇ ਜੇ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਸਟਰਗਲ ਕਰਨਾ ਪਏਗਾ ਨਾ ਤੇ ਸਟਾਰਟਿੰਗ ਦੇ ਵਿੱਚ ਇਦਾਂ ਦੀਆਂ ਕੰਟਰੀਆਂ ਦੇ ਵਿੱਚ ਸਪੈਸ਼ਲੀ ਯੂਰਪ ਦੇ ਵਿੱਚ ਆਪਾਂ ਨੂੰ ਐਗਰੀਕਲਚਰ ਦੇ ਹੀ ਕੰਮ ਕਰਨੇ ਪੈਂਦੇ ਨੇ ਥੋੜਾ ਜਿਹਾ ਸਰਵਾਈਵ ਕਰਨ ਵਾਸਤੇ ਬਟ ਜਦੋਂ ਆਪਾਂ ਨੂੰ ਹੌਲੀ-ਹੌਲੀ ਟਾਈਮ ਪੈ ਜਾਂਦਾ ਉਥੇ ਕੰਟਰੀ ਦੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਜੇ ਤੁਸੀਂ ਤੁਹਾਡੇ ਕੋਲ ਸਕਿੱਲਸ ਨੇ ਤੁਹਾਨੂੰ ਇੰਗਲਿਸ਼ ਚੰਗੀ ਬੋਲਣੀ ਆਉਂਦੀ ਹੈ ਤਾਂ ਵਧੀਆ ਤੁਸੀਂ ਆਪਣੇ ਚੰਗੇ ਲੈਵਲ ਤੇ ਜੌਬ ਕਰ ਸਕਦੇ ਹੋ ਬਟ ਸਟਾਰਟਿੰਗ ਦੇ ਵਿੱਚ ਸਟਰਗਲ ਕਰਨਾ ਹੀ ਪਏਗਾ ਯਾਰ ਤਾਂ ਤੁਸੀਂ ਇੰਨੇ ਕੋ ਪੈਸੇ ਲੈ ਕੇ ਜਾਵੋਗੇ ਕਿ ਤੁਸੀਂ ਉਥੇ ਬੜਾ ਵਧੀਆ ਸਰਵਾਈਵ ਕਰ ਲਪਾਓ ਠੀਕ ਹੈ ਤੁਹਾਨੂੰ ਕਿਸੇ ਦੀ ਮਿਹਨਤ ਨਾ ਕਰਨੀ ਪਵੇ ਤੇ ਤੁਸੀਂ ਚੰਗੀ ਜੌਬ ਲੱਭ ਕੇ ਆਪਣਾ ਕੰਮ ਕਰੋ ਹੋਟਲ ਇੰਡਸਟਰੀ ਦੇ ਵਿੱਚ ਕਿਉਂਕਿ ਪੋਰਟੂਗਲ ਵੀ ਇੱਕ ਇਦਾਂ ਦੀ ਕੰਟਰੀ ਹੈ ਜਿੱਥੇ ਟੂਰਿਜ਼ਮ ਬਹੁਤ ਜ਼ਿਆਦਾ ਹੁੰਦਾ ਹੈ ਤੇ ਟੂਰਿਜ਼ਮ ਸੈਕਟਰ ਪਰਾ ਮੰਦੀਪ ਸਿੰਘ ਹੈ ਠੀਕ ਹੈ ਉਹ ਵੀ ਤੁਹਾਡੇ ਨਾਲ ਵੀਡੀਓ ਮੈਂ ਸ਼ੇਅਰ ਕਰਾਂਗਾ ਉਹ ਬੰਦਾ ਉੱਥੇ 1200 1300 ਯੂਰੋ इजीली ਕਮਾਰਿਆ ਪੋਰਟੂਗਲ ਦੇ ਵਿੱਚ ਇਹ ਕਹਿੰਦਾ ਟਿਪ ਵਗੈਰਾ ਹੋਰ ਵਧੀਆ ਬਣ ਜੇ ਚੰਗੇ ਪੈਸੇ ਬਣ ਜਾਂਦੇ ਆ ਕਹਿੰਦਾ ਜੇ ਮੈਂ ਚਾਹਦਾ ਤਾਂ ਮੈਂ ਐਗਰੀਕਲਚਰ ਦਾ ਕੰਮ ਕਰਕੇ ਤੇ ਮੈਂ ਉੱਥੇ ਸਟਕ ਹੋ ਜਾਂਦਾ 700 800 ਲੈਂਦਾ ਬਟ ਮੈਂ ਨਹੀਂ ਚਾਇਆ ਮੇਰੇ ਕੋਲ 4 ਪੈਸੇ ਹੈਗੇ ਸੀ ਮੈਂ ਉੱਥੇ 2-3 ਮਹੀਨੇ ਸਰਵਾਈਵ ਕੀਤਾ ਫਿਰ ਉਸ ਤੋਂ ਬਾਅਦ ਮੈਨੂੰ ਕੰਮ ਮਿਲ ਗਿਆ ਕੰਮ ਮਿਲ ਕੇ ਮੈਨੂੰ ਚੰਗਾ ਕੰਮ ਮਿਲ ਗਿਆ ਵਾਈਟ ਕੋਲਰ ਜੌਬ ਕਰੀਦੀ ਹੈ ਚੰਗੀ ਚੰਗੀ ਤਨਖਾਹ ਲੈਣੇ ਆ ਯਾ ਤਾਂ ਤੁਸੀਂ ਇਦਾਂ ਗੱਡ ਸਕਦੇ ਹੋ ਜੇ ਤੁਸੀਂ ਕਹੋਗੇ ਕਿ ਮੈਂ ਜਾਂਦਿਆਂ ਨਾਲ ਹੀ ਪੈਸੇ ਕਮਾਣਾ ਠੀਕ ਹੈ ਤੇ ਮੈਨੂੰ ਕੰਮ ਮਿਲ ਜੇ ਉਹ ਵੀ ਚੰਗਾ ਉਹ ਪੋਸੀਬਲ ਨਹੀਂ ਹੁੰਦਾ ਤੁਸੀਂ ਜਿਹੜੀ ਮਰਜ਼ੀ ਕੰਟਰੀ 'ਚ ਚਲੇ ਜਾਓ ਈਵਨ ਤੁਸੀਂ ਕੈਨੇਡਾ ਆਸਟ੍ਰੇਲੀਆ 'ਚ ਵੀ ਚਲੇ ਜਾਓਗੇ ਨਾ ਤਾਂ ਵੀ ਤੁਹਾਨੂੰ ਉੱਥੇ ਸਰਵਾਈਵ ਕਰਨਾ ਪਏਗਾ ਬਟ ਹਾਂਜੀ ਉੱਥੇ ਹੋਟਲ ਇੰਡਸਟਰੀ ਬਹੁਤ ਜ਼ਿਆਦਾ ਹੈਗੀ ਹੈ ਬੋਮਿੰਗ ਦੇ ਵਿੱਚ ਤੁਹਾਨੂੰ ਕੰਮ ਮਿਲ ਜਾਂਦੇ ਬਟ ਥੋੜੇ ਸਰਵਾਈਵ ਕਰਨਾ ਹੀ ਪੈਂਦਾ ਸ਼ੁਰੂ ਸ਼ੁਰੂ ਤੋਂ ਸੋ ਯੂਰਪ ਦੇ ਵਿੱਚ ਐਗਰੀਕਲਚਰ ਹੀ ਹੈਗੀ ਹੈ ਐਗਰੀਕਲਚਰ ਦੇ ਵਿੱਚ ਦੇ ਤੁਸੀਂ ਕੰਮ ਕਰ ਲੋਗੇ 6 ਕੁ ਮਹੀਨੇ ਤਾਂ ਤੁਸੀਂ ਵਧੀਆ ਮੁਕਾਮ ਤੱਕ ਵੀ ਪਹੁੰਚ ਜਾ ਜਾਓ ਸਿੱਖ ਕੇ ਜਾਓ ਠੀਕ ਹੈ ਤੁਹਾਨੂੰ ਹਮੇਸ਼ਾ ਗਾਈਡੈਂਸ ਦਿੰਦੇ ਆ ਕਿ ਕੰਪਿਊਟਰ ਲਾਈਨ 'ਚ ਚਲੇ ਜਾਓ ਤੁਸੀਂ ਠੀਕ ਹੈ ਜੀ ਆਪ ਪਲੰਬਿੰਗ ਇਲੈਕਟ੍ਰੀਸ਼ੀਅਨ ਜਾਂ ਪੇਂਟਿੰਗ ਇਦਾਂ ਦੇ ਕੰਮ ਸਿੱਖ ਕੇ ਚਲੇ ਜਾਓ ਬਾਰਬਰ ਦਾ ਕੰਮ ਸਿੱਖ ਲਓ ਕੁੱਕ ਦਾ ਕੰਮ ਸਿੱਖ ਲਓ ਸ਼ੈਫ ਦਾ ਕੰਮ ਸਿੱਖ ਲਓ ਇਦਾਂ ਦੇ ਕੰਮ ਸਿੱਖ ਲੂਗੇ ਤਾਂ ਚੰਗਾ ਵਧੀਆ ਪੈਸਾ ਕਮਾ ਲੂਗੇ ਪੋਰਟੂਗਲ ਦੇ ਵਿੱਚ ਜਾ ਕੇ ਪੋਰਟੂਗਲ ਮਾੜੀ ਕੰਟਰੀ ਨਹੀਂ ਹੈਗੀ ਬਟ ਸਿਰਫ ਪੈਸੇ ਦੀ ਤੇ ਜੌਬ ਦੀ ਥੋੜੀ ਬਹੁਤ ਕਮੀ ਹੋ ਜਾਂਦੀ ਹੈ ਸਰਦੀਆਂ ਦੇ ਵਿੱਚ ਬਟ ਗਰਮੀਆਂ 'ਚ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਉੱਥੇ ਤਾਂ ਤੁਸੀਂ ਬਹੁਤ ਵਧੀਆ ਅ ਤੇ ਬਾਕੀ ਤੁਹਾਨੂੰ ਪਤਾ ਜੀ 2-2.5 ਸਾਲ ਚ ਤੁਹਾਨੂੰ ਪੇਪਰ ਮਿਲ ਜਾਂਦੇ ਤੁਸੀਂ ਆਪਣੀ ਫੈਮਿਲੀ ਮੈਂਬਰ ਨੂੰ ਨਾਲ ਦੀ ਨਾਲ ਬੁਲਾ ਲਓ ਜਿੱਥੇ ਮਰਜ਼ੀ ਘੁੰਮੋ ਫਿਰੋ ਇੰਜੋਏ ਕਰੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਉਖਾਈ ਦੇਖਣੀ ਹੀ ਪੈਣੀ ਹੈ ਜੇ ਤੁਸੀਂ ਉਖਾਈਆਂ ਦਾ ਸਾਹਮਣਾ ਸਟਾਰਟਿੰਗ ਚ ਕਰ ਲੋਗੇ ਤਾਂ ਇੱਕ ਦਿਨ ਤੁਸੀਂ ਵੀ ਉਥੇ ਵਧੀਆ ਕਾਮਯਾਬ ਹੋਵੋਗੇ ਪੇਪਰ ਲੈ ਕੇ ਤੇ ਆਪਣਾ ਜੋ ਵੀ ਤੁਹਾਡਾ ਡ੍ਰੀਮ ਹੋਏਗਾ ਤੁਸੀਂ ਆਪਣਾ ਪੂਰਾ ਕਰ ਪਾਓਗੇ ਸ ਹਮੇਸ਼ਾ ਸਟਰਗਲ ਕਰ ਲਿਆ ਕਰੋ ਸਟਾਰਟਿੰਗ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਦੀ ਜੀ ਤੇ ਨਸ਼ਿਆਂ ਤੋਂ ਦੂਰ ਰਹੋ ਮੇਨ ਮੋਟਿਵ ਇਹੀ ਹੈ ਜੀ ਠੀਕ ਹੈ ਜਿੰਨਾ ਨਸ਼ਿਆਂ ਤੋਂ ਦੂਰ ਹੋਵੋਗੇ ਉਨਾ ਹੀ ਚੰਗਾ ਤੁਹਾਡੇ ਲਈ ਪੰਜਾਬ ਆ ਠੀਕ ਹੈ ਕੰਮ ਕਰਨੀ ਹੈਗੇ ਤੇ ਜੇ ਆਪਾਂ ਉਹੀ ਉਹੀ ਕੰਮ ਆਪਾਂ ਬਾਹਰਲੀ ਕੰਟਰੀਆਂ 'ਚ ਜਾ ਕੇ ਕਰਨੇ ਨੇ ਰਿਸ਼ੇ ਕਰਨੇ ਆ ਠੀਕ ਹੈ ਸੜਕਾਂ ਤੇ ਸੋਣਾ ਕੰਮ ਨਹੀਂ ਕਰਨੇ ਤਾਂ ਫਿਰ ਕੋਈ ਫਾਇਦਾ ਨਹੀਂ ਫਿਰ ਤਾਂ ਪੰਜਾਬ ਹੀ ਚੰਗਾ ਮਾਪਿਓ ਦੇ ਨਾਲ ਤਾਂ ਬੈਠੇ ਘੱਟੋ ਘੱਟ ਦੋ ਟਾਈਮ ਦੀ ਰੋਟੀ ਤਾਂ ਮਿਲਦੀ ਸੁੱਖ ਦੀ ਤੇ ਉਹੀ ਜੇ ਜੇ ਆਪਾਂ ਉੱਧੇ ਹੀ ਕੰਮ ਕਰਨੇ ਫਿਰ ਤਾਂ ਕੋਈ ਫਾਇਦਾ ਨਹੀਂ ਹੈਗਾ ਜੀ ਸੋ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਊਗਾ ਤਾਂ ਪਲੀਜ਼ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰਦੇ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ